ਤੁਹਾਡੇ ਵਾਲਾਂ ਤੇ ਕਿਸੇ ਹੋਰ ਦੀ ਮਰਜ਼ੀ ਕਿਉਂ ਚੱਲੇ? ਡਵ ਕਹਿੰਦਾ ਹੈ ਤੁਹਾਡੇ ਵਾਲ ਤੁਹਾਡੀ ਮਰਜ਼ੀ। ਪੀਆ ਸਿਰਫ 13 ਸਾਲ ਦੀ ਸੀ ਜਦੋਂ ਇੱਕ ਡਾਇਰੈਕਟਰ ਨੇ ਉਸਨੂੰ ਕਿਹਾ ਕਿ ਸਭ ਕੁਝ ਪਰਫੈਕਟ ਹੈ ਸਿਵਾਏ ਉਸਦੇ ਵਾਲਾਂ ਦੇ। ਤੇ ਇਹ ਸਿਰਫ ਡਾਇਰੈਕਟਰ ਦਾ ਹੀ ਨਹੀਂ, 81% ਇੰਡੀਅਨਸ ਮੰਨਦੇ ਹਨ ਕਿ ਔਰਤਾਂ ਨੂੰ ਆਪਣੇ ਵਾਲ ਕਰਲੀ ਨਹੀਂ ਰੱਖਣੇ ਚਾਹੀਦੇ। ਅੱਜ ਪੀਆ 23 ਸਾਲਾਂ ਦੀ ਹੈ, ਉਹ ਇਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੀ ਹੈ? ਹੁਣ ਵਾਲ ਮੇਰੇ ਨੇ ਤਾਂ ਉਹਨਾਂ ਤੇ ਹੱਕ ਵੀ ਮੇਰਾ ਹੀ ਹੋਏਗਾ ਨਾ, ਤੇ ਇਹ ਜੋ ਮੇਰੇ ਕਰਲਸ ਹੈ ਨਾ, ਇਹੀ ਮੈਂ ਹਾਂ। ਤੇ ਜਦੋਂ ਇਹ ਕਰਲਸ ਮੇਰੇ ਨਾਲ ਡਾਂਸ ਕਰਦੇ ਨੇ, ਮੈਂ ਆਜ਼ਾਦੀ ਤੇ ਸੁੰਦਰਤਾ ਦਾ ਅਨੁਭਵ ਕਰਦੀ ਹਾਂ। ਮੈਨੂੰ ਆਪਣੇ ਕਰਲਸ ਨਾਲ ਪਿਆਰ ਹੈ। ਤੁਹਾਡੇ ਵਾਲਾਂ ਤੇ ਕਿਸੇ ਹੋਰ ਦੀ ਮਰਜ਼ੀ ਕਿਉਂ ਚੱਲੇ? ਡਵ ਕਹਿੰਦਾ ਹੈ ਤੁਹਾਡੇ ਵਾਲ ਤੁਹਾਡੀ ਮਰਜ਼ੀ, ਕਿਉਂਕਿ ਵਾਲਾਂ ਦਾ ਰੱਖੇ ਖਿਆਲ ਡਵ।